He came back. Here come. He said, Subhaji, don't commit this crime. Killing children is prohibited by Quran. I don't approve your action. He said, possibly Wazir Khan tried to persuade him. But when he didn't come around, he said, I'll kill you also. सच्चे पातशाह जीओ आपे दे चरणा दरदास बेनती जोती है वीर सहज वीर सिंह मान अपने धर्म की कमाई को सच्चे पातशाह जीओ गुरु घर लई बेटा करते हैं वाहेगुरु नौजवान चढ़ी कला बख्शन कुछ पदवियां विच रतन वीर जी दे परा सहाय वीर सिंह जी सच्चे पातशाह जीओ चढ़ी कला दे अरदास बेनती है सच्चे पातशाह जीओ सफलता का बख्शन सहज वीर जिस सच्चे पातशाह जीओ पिता कुलवीर सिंह सच्चे पातशाह जीओ कुलवीर सिंह सनी मान ते माता बीबी बलजीत कौर जी सच्चे पातशाह जीओ संगत विच हाजर ने परिवार नूं खुशियां खेले बख्शन चढ़ी कला बख्शन सच्चे पातशाह जीओ बच्चियां दे सिरते मेहरबान हथ रखन पढ़ाइयां दे विच कामयाबियां सच्चे पातशाह जीओ परिवार में चढ़ती कला के रखने सच्चे पातशाह जी वीर गुरवीर सनी मान बीबी बलजीत कौर ने सच्चे पातशाह जी तंदुरुस्तियां बख्शन कमाइया के बरकत पान परिवार के सच्चे पातशाह जी खुशियां खेले बख्शन आज के चरणा प्रकाश बेनती जोड़ी है वीर अशोक ठाकरा के परिवार वालों चढ़ती कला की अरदास है वाहेगुरु परिवार को तंदुरुस्तियां बख्शन खजाने भरपूर करण सच्चे पातशाह जी बेनतियां प्रवान करन
ਆਪਕੀ ਦੇ ਚਰਨਾਂ ਦਰਦਾਸ ਬੇਨਤੀ ਜੋਗੀ ਹੈ ਕਿ ਅਜੀਤ ਸਿੰਘ ਜੀ ਦੀ ਸਵਰਗੀਆ ਪਤਨੀ ਬੀਬੀ ਸਤਵੰਤ ਕੌਰ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਨੂੰ ਭਾਣੇ ਵਿੱਚ ਰੱਖਣਾ, ਆਪ ਜੀ ਦੇ ਚਰਨਾਂ 'ਚ ਬੇਨਤੀਆਂ ਨੇ ਸਤਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਦਾ ਨਿਵਾਸ ਆਵਾਗਮਨ ਤੋਂ ਮੁਕਤ ਪਿੱਛੇ ਪਰਿਵਾਰ ਦੇ ਸਿਰ 'ਤੇ ਮੇਲ ਤਾਹਤ ਰੱਖਣਾ, ਬੇਨਤੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਸੰਗਤ ਦੇ ਵਿੱਚ ਅਰਦਾਸ ਬੇਨਤੀ ਲੋਕਦੀ ਹੈ, ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੇ ਬੋਲੇ ਸੱਚੋ। ਸੱਚੇ ਪਾਤਸ਼ਾਹ ਜੀ ਉਹ ਦੂਰੋਂ ਨੇੜੇ ਚੱਲ ਕੇ ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸੰਗਤ ਦੀਆਂ ਮਨੋਕਾਮਨਾਵਾਂ ਪੂਰਨ ਕਰਨੀਆਂ, ਇੱਛਾਵਾਂ ਪੂਰਨ ਕਰਨੀਆਂ। ਸੱਚੇ ਪਾਤਸ਼ਾਹ ਜੀ ਉਹ ਸੰਗਤ ਨੂੰ ਆਪਣੇ ਚਰਨਾਂ ਦਾ ਪਿਆਰ ਗੁਰੂ ਘਰ ਦੇ ਪ੍ਰੀਤ ਬਖਸ਼ਿਸ਼ ਕਰਨੀ, ਇਸੀ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਉਹ ਬਾਣੀ ਦੇ ਨਾਲ ਪਿਆਰ ਬਖਸ਼ਦੇ ਰਹਿਣਾ, ਸੰਗਤ ਆਪ ਜੀ ਦੇ ਚਰਨਾਂ ਵਿੱਚ ਜੁੜਦੀ ਰਹੀ, ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਉਹ ਅੱਗੇ ਵਾਸਤੇ ਦੀਵਾਨ ਸਜਦੇ ਰਹਿਣ। ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਜੋਗਰੀ ਹੈ ਸਤਿਗੁਰ ਜੀ ਗੁਰਮੁਖ ਪਰਿਵਾਰਾਂ ਵੱਲੋਂ ਗੁਰੂ ਦੇ ਲੰਗਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਗ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਲੰਗਰ ਪ੍ਰਸਾਦ ਸਾਧ ਸੰਗਤ ਦੇ ਵਿੱਚ ਵਰਤੇ, ਜੋ ਸਕੇ ਸੁਰਾਬ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਪਾਤਸ਼ਾਹ ਜੀ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਗੁਰੂ ਚੁੱਕ ਆਪ ਜੀ ਦੇ ਚਰਨਾਂ ਪਾਤ ਕਰੋ ਕਿਰਪਾ, ਪਾਵਨ ਹੁਕਮਨਾਮਾ ਬਖਸ਼ੋ, ਸੰਤਾਂ ਨੂੰ ਕਰੋ ਨਿਹਾਲ, ਸਹੀ ਪਿਆਰੇ ਮੇਲ ਜਿਨ੍ਹਾਂ ਕੋਲੋਂ ਤੇਰਾ ਨਾਮ ਜਿੱਤ ਆ ਗਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਕਾਣੇ ਸਰਬਤ ਦਾ ਬਲਾ। ਜੇ ਸਭ ਨਹੀਂ ਹੈ ਦੇਵ ਬਣਾ ਦੇ ਆਏ ਹੋਏ ਜੀ। ਚਲੋ ਤੁਸੀਂ ਖਾਓ। ਹਾਂਜੀ।